ਅੱਛੀ ਮਾਮਲੇ ਇ렇게 ਬੇਗੋਵਾਲ ਨੂੰ ਲੈ ਕੇ ਜਿਹੜੀ ਪ੍ਰੈਸ ਕਾਨਫਰੰਸ ਅੱਜ ਕੀਤੀ ਗਈ ਮਾ ਜੀ ਇੱਕ ਸਰੂਪ ਸਿੰਘ ਹੈਗੇ ਜੋ ਜਲਾਲਪੁਰ ਪਿੰਡ ਪੁਲਿਸ ਸਟੇਸ਼ਨ ਟਾਂਡਾ ਦੇ ਵਿੱਚ ਰਹਿੰਦੇ ਹੈਗੇ ਰਿਹਾਇਸ਼ੀ ਉੱਥੇ ਦੇ ਆ ਉਹਨਾਂ ਦੀ ਬੇਗੋਵਾਲ ਦੇ ਵਿੱਚ ਵੈਸਟਰਨ ਯੂਨੀਅਨ ਦੀ ਦੁਕਾਨ ਹੈ ਤੇ ਮਿਤੀ 3 ਫਰਵਰੀ 2023 ਨੂੰ ਇਹ ਆਪਣੀ ਦੁਕਾਨ ਤੋਂ ਵਾਪਸ ਆਪਣੇ ਰਿਹਾਇਸ਼ੀ ਪਿੰਡ ਜਾ ਰਹੇ ਸੀ ਤੇ ਪਿੰਡ ਤੇ ਪਿੰਡ ਅਕਬਰਪੁਰ ਜੋ ਹੈਗਾ ਰਸਤੇ 'ਚ ਆਂਦਾ ਹੈ ਉੱਥੇ ਤਕਰੀਬਨ 5:30 ਵਜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇਹਨਾਂ ਨੂੰ ਘੇਰਿਆ ਗਿਆ ਤੇ ਪਿਸਟਲ ਪੁਆਇੰਟ ਦੇ ਉੱਤੇ ਇਹਨਾਂ ਤੋਂ ਜਿਹੜਾ ਹੈਗਾ ਖੋਹ ਕੀਤੀ ਗਈ ਸੀ ਇਹਨਾਂ ਦੇ ਕਹਿਣ ਮੁਤਾਬਕ ਜਿਹੜੀ ਖੋਹ ਸੀਗੀ ਉਹ ਤਕਰੀਬਨ 14 ਲੱਖ ਦੀ ਸੀਗੀ ਇਸ ਇਨਸੀਡੈਂਟ ਦੇ ਫਲਸਰੂਪ ਐਫ ਆਈ ਆਰ ਨੰਬਰ 7 ਮਿਤੀ 6 2 2023 ਥਾਣਾ ਬੇਗੋਵਾਲ ਦੇ ਵਿੱਚ ਦਰਜ ਕੀਤੀ ਗਈ ਤੇ ਜਿਹੜੀ ਜਿਹੜੀ ਤਫ਼ਤੀਸ਼ ਹੈਗੀ ਉਹਨੂੰ ਸਟਾਰਟ ਕੀਤਾ ਗਿਆ ਇਨਚਾਰਜ ਸੀਆਈਏ ਜੋ ਨੈਲਸਿੰਗ ਇਹਨਾਂ ਦੀ ਟੀਮ ਦੇ ਅਗਵਾਈ ਕੀਤੀ ਤੇ ਇਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਇਸ ਕੇਸ ਦੇ ਵਿੱਚ ਦੋ ਜਾਨਿਆਂ ਨੂੰ ਜਿਹੜਾ ਹੈਗਾ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਨਾਂ ਹਾਂਜੀ ਗੁਲਾਬ ਸਿੰਘ ਅਤੇ ਤੇਜਵਿੰਦਰ ਸਿੰਘ ਦੋਨੋਂ ਜਿਹੜੇ ਹੈਗੇ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਟਾਂਡੇ ਦੇ ਰਹਿਣ ਵਾਲੇ ਹਨ ਇਹਨਾਂ ਤੋਂ ਤਕਰੀਬਨ 5 ਲੱਖ 14000 ਰੁਪਏ ਦੀ ਜਿਹੜੀ ਹੈਗੀ ਰਿਕਵਰੀ ਕੀਤੀ ਗਈ ਹੈ ਤੇ ਇੱਕ ਨਕਲੀ ਪਿਸਟਲ ਜੋ ਕਿ ਵਾਰਦਾਤ ਦੇ ਵਿੱਚ ਯੂਜ਼ ਕੀਤਾ ਗਿਆ ਸੀ ਉਹ ਵੀ ਰਿਕਵਰ ਕੀਤਾ ਗਿਆ ਹੈ ਜਿਸ ਮੋਟਰਸਾਈਕਲ ਤੇ ਆਏ ਸੀਗੇ ਉਹਨੂੰ ਵੀ ਰਿਕਵਰ ਕੀਤਾ ਗਿਆ ਉਸ ਸਪਲੈਂਡਰ ਮੋਟਰਸਾਈਕਲ ਹੈ ਜੀ ਸਿਰਫ ਇੱਕ ਇਮਲਨ ਬਲੈਕ ਬੈਕਗ੍ਰਾਉਂਡ ਇਹਨਾਂ ਦੀ ਵੀ ਫਿਲਹਾਲ ਇਹਨਾਂ ਦੀ ਜੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਨਹੀਂ ਆਈ ਕਿ ਜਿਦਾ ਕਹਿਣ ਤੱਕ 14 ਲੱਖ ਦੀ ਕਿਹਾ ਗਿਆ ਸੀਗਾ 5 ਲੱਖ ਦੀ ਰਿਕਵਰੀ ਕੀਤੀ ਗਈ ਤੇ ਬਾਕੀ ਦੀ ਮੌਜੂਦ ਹੈ ਇਹ ਆਪਾਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਜਿਨ੍ਹਾਂ ਦੇ ਨਾਲ ਇਹ ਵਾਰਦਾਤ ਹੋਈ ਹੈ ਉਹਨਾਂ ਨੂੰ ਕਿਹਾ ਗਿਆ ਹੈਗਾ ਕਿ ਉਹ ਦੱਸਣ ਕਿ ਜਿਹੜੇ ਹੈਗੇ ਪੈਸੇ ਬਿੱਲ ਵਗੈਰਾ ਸ਼ੋਅ ਕਰਨ ਤੇ ਉਹ ਵੈਰੀਫਾਈ ਕੀਤਾ ਜਾਏਗਾ ਫਰਦਰ ਇਨਵੈਸਟੀਗੇਸ਼ਨ ਸਰ ਜੀਕਰ ਗਨਗਰੀ ਬੇਗਵਾਲ ਪਲੱਥਵਾਲ ਜਿਹੜੇ ਕਿ ਆਏ ਤੇ ਨਿੱਤੇ ਦੀ ਵਾਰਦਾਤਾਂ ਹੁੰਦੀਆਂ ਤਾਂ ਆਮ ਪਬਲਿਕ ਨੂੰ ਤੁਸੀਂ ਕੀ ਮੈਸੇਜ ਕਰੇ ਵੀ ਕਰਨਾ ਚਾਹੋਗੇ ਕਿ ਅਵੇਨੈਂਸ ਨੇ ਹਾਜੀ ਇਹ ਹੀ ਹੈਗਾ ਜੀ ਕਿ ਜੇ ਇੱਕ ਤਾਂ ਉਹਨ ਜੋ ਮਹੌਲ ਹੈਗਾ ਇਸ ਟਾਈਮ ਕਾਫੀ ਕੰਟਰੋਲ ਦੇ ਵਿੱਚ ਆ ਗਿਆ ਹੈਗਾ ਜੋ ਪਹਿਲੇ ਬਿਗਵਾਲ ਦੇ ਵਿੱਚ ਸੀਗਾ ਉਹਦੇ ਨਾਲੋਂ ਤੇ ਜਿਆਦਾ ਤੋਂ ਜਿਆਦਾ ਕੈਮਰੇ ਲਵਾਏ ਜਾਣ ਬਾਕੀ ਜੋ ਪ੍ਰੀਕਾਸ਼ਨਸ ਲੈ ਸਕਦੇ ਹੈਗੇ ਜਿੰਨੀ ਕੈਸ਼ ਘੱਟ ਹੋ ਸਕਦੀ ਹੈਗੀ ਉਹ ਜਿਹੜੀ ਹੈਗੀ ਘੱਟ ਰੱਖੇ ਸਰ ਜੀ ਗੱਲ ਕਰੇ ਜਿਵੇਂ ਕਿ ਐਨਾ ਨਹੀਂ ਹੁੰਦਾ ਕਿ ਪੁਲਿਸ ਤੋਂ ਅਪਰੋਚ ਕਰਨ ਤੋਂ ਹੀ ਥੋੜਾ ਗਰੀਜ ਕਰਦੇ ਇੱਥੇ ਵੀ ਕੋਈ ਇਹ ਜੇ ਪੁਲਿਸ ਤੋਂ ਗੁਰੇਜ ਕਰਦੇ ਅਪਰੋਚ ਜ਼ਰੂਰ ਕੀਤਾ ਜਾਨ ਕੋਈ ਵੀ ਇਨਸੀਡੈਂਟ ਹੈ ਸਾਡ ਨੂੰ ਨੋਟਿਸ ਦੇ ਵਿੱਚ ਲਿਆਇਆ ਜਾਏ ਤਾਂ ਹੀ ਆਪਾਂ ਉਹਦੀ ਜੜ ਤੱਕ ਪਹੁੰਚ ਸਕਦੇ ਜੀ ਪਰ ਇਸ ਕੇਸ ਦੇ ਵਿੱਚ 14 ਲੱਖ ਦੀ ਲੁੱਟ ਦੀ ਇਨਫੋਰਮੇਸ਼ਨ ਆਈ ਸੀ ਕੰਪਲੇਂਟੈਂਟ ਵੱਲੋਂ ਲੇਕਿਨ 6-80 ਦੇ ਕਰੀਬ ਲੁੱਟ ਹੋਈ ਹੈ ਇਹ ਪਤਾ ਲੱਗਾ ਸੀਗਾ ਉਹਦੇ ਇਸ ਤਰੀਕੇ ਨਾਲ ਕੰਪਲੇਨੈਂਟ ਨੇ ਪੁਲਿਸ ਨੂੰ ਗੁਰਨਾਹ ਕੀਤਾ ਇਸ ਚੀਜ਼ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈਗਾ ਉਹਨਾਂ ਤੋਂ ਆਪਾਂ ਬਿੱਲ ਵਗੈਰਾ ਹੋਰ ਸਾਰੀਆਂ ਚੀਜ਼ਾਂ ਮੰਗ ਰਹੇ ਹੈਗੇ ਕਿ ਉਹਨਾਂ ਨੇ 14 ਲੱਖ ਕਿਸ ਦੇ ਹਿਸਾਬ ਨਾਲ ਲਖਾਈ ਸੀ ਉਹ ਬਾਅਦ ਵਿੱਚ ਆਪਾਂ ਦੇਖ ਲੈਂਦੇ ਇਨਵੈਸਟੀਗੇਸ਼ਨ ਹੋ ਘਟ ਹੁੰਦੀ ਹੈ ਤਾਂ ਕੰਪਲੇਨੈਂਟ ਤੇ ਕੋਈ ਕਾਰਵਾਈ ਹੋਏਗੀ ਇਹ ਬਾਅਦ ਵਿੱਚ ਦੇਖੀ ਜਾਏਗੀ ਜੀ ਸਰ ਕੀ ਮਾਮਲੇ ਦੇ ਕੀ ਬੇਗਵਾਰ ਨੂੰ ਲੈ ਕੇ ਜਿਹੜੀ ਪ੍ਰੈਸ ਕਾਨਫਰੰਸ ਅੱਜ ਕੀਤੀ ਗਈ ਮਾ ਜੀ ਇੱਕ ਸਰੂਪ ਸਿੰਘ ਹੈਗੇ ਜੋ ਜਲਾਲਪੁਰ ਪਿੰਡ ਪੁਲਿਸ ਸਟੇਸ਼ਨ ਟਾਂਡਾ ਦੇ ਵਿੱਚ ਰਹਿੰਦੇ ਹੈਗੇ ਰਿਹਾਇਸ਼ੀ ਉੱਥੇ ਦੇ ਹੈ ਉਹਨਾਂ ਦੀ ਬੇਗੋਵਾਲ ਦੇ ਵਿੱਚ ਵੈਸਟਰਨ ਯੂਨੀਅਨ ਦੀ ਦੁਕਾਨ ਹੈ ਤੇ ਮਿਤੀ 3 ਫਰਵਰੀ 2023 ਨੂੰ ਇਹ ਆਪਣੀ ਦੁਕਾਨ ਤੋਂ ਵਾਪਸ ਆਪਣੇ ਰਿਹੈਸ਼ੀ ਪਿੰਡ ਜਾ ਰਹੇ ਸੀ ਤੇ ਪਿੰਡ ਤੇ ਪਿੰਡ ਅਕਬਰਪੁਰ ਜੋ ਹੈਗਾ ਰਸਤੇ 'ਚ ਆਂਦਾ ਹੈ ਉੱਥੇ ਤਕਰੀਬਨ 5:30 ਵਜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇਹਨਾਂ ਨੂੰ ਘੇਰਿਆ ਗਿਆ ਤੇ ਪਿਸਟਲ ਪੁਆਇੰਟ ਦੇ ਉੱਤੇ ਇਹਨਾਂ ਤੋਂ ਜਿਹੜਾ ਹੈਗਾ ਖੋਹ ਕੀਤੀ ਗਈ ਸੀਗੀ ਇਹਨਾਂ ਦੇ ਕਹਿਣ ਮੁਤਾਬਕ ਜਿਹੜੀ ਖੋਹ ਸੀਗੀ ਉਹ ਤਕਰੀਬਨ 14 ਲੱਖ ਦੀ ਸੀਗੀ ਇਸ ਇਨਸੀਡੈਂਟ ਦੇ ਫਲਸਰੂਪ ਐਫਆਈਆਰ ਨੰਬਰ 7 ਮਿਤੀ 6 2 2023 ਥਾਣਾ ਬੇਗੋਵਾਲ ਦੇ ਵਿੱਚ ਦਰਜ ਕੀਤੀ ਗਈ ਤੇ ਜਿਹੜੀ ਤਫਤੀਸ਼ ਹੈਗੀ ਹੈ ਉਹਨੂੰ ਸਟਾਰਟ ਕੀਤਾ ਗਿਆ ਇਨਚਾਰਜ ਸੀਆਈਏ ਜੋ ਨੈਲ ਸਿੰਘ ਇਹਨਾਂ ਦੀ ਟੀਮ ਦੇ ਅਗਵਾਈ ਕੀਤੀ ਤੇ ਇਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਇਸ ਕੇਸ ਦੇ ਵਿੱਚ ਦੋ ਜਾਨਿਆਂ ਨੂੰ ਜਿਹੜਾ ਹੈਗਾ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਨਾਂ ਹਾਂਜੀ ਗੁਲਾਬ ਸਿੰਘ ਅਤੇ ਤੇਜਵਿੰਦਰ ਸਿੰਘ ਦੋਨੋਂ ਜਿਹੜੇ ਹੈਗੇ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਟਾਂਡੇ ਦੇ ਰਹਿਣ ਵਾਲੇ ਹਨ ਇਹਨਾਂ ਤੋਂ ਤਕਰੀਬਨ 5 ਲੱਖ 14000 ਰੁਪਏ ਦੀ ਜਿਹੜੀ ਹੈਗੀ ਰਿਕਵਰੀ ਕੀਤੀ ਗਈ ਹੈ ਤੇ ਇੱਕ ਨਕਲੀ ਪਿਸਟਲ ਜੋ ਕਿ ਵਾਰਦਾਤ ਦੇ ਵਿੱਚ ਯੂਜ਼ ਕੀਤਾ ਗਿਆ ਸੀ ਉਹ ਵੀ ਰਿਕਵਰ ਕੀਤਾ ਗਿਆ ਹੈ ਜਿਸ ਮੋਟਰਸਾਈਕਲ ਤੇ ਆਏ ਸੀਗੇ ਉਹਨੂੰ ਵੀ ਰਿਕਵਰ ਕੀਤਾ ਗਿਆ ਉਸ ਸਪਲੈਂਡਰ ਮੋਟਰਸਾਈਕਲ ਹੈ ਜੀ ਸਰ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦੀ ਫਿਲਹਾਲ ਇਹਨਾਂ ਦੀ ਜੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਨਹੀਂ ਆਈ ਜੀ ਜਿਹਦਾ ਕਹਿਣ ਤੱਕ 14 ਲੱਖ ਦੀ ਕਹਾ ਗਿਆ ਸੀਗਾ 5 ਲੱਖ ਦੀ ਰਿਕਵਰੀ ਕੀਤੀ ਗਈ ਤੇ ਬਾਕੀ ਦੀ ਮੌਜੂਦ ਇਹ ਆਪਾਂ ਵੈਰੀਫਾਈ ਕਰ ਰਹੇ ਜਿਹੜੇ ਜਿਨ੍ਹਾਂ ਦੇ ਨਾਲੇ ਵਾਰਦਾਤ ਹੋਈ ਹੈ ਉਹਨਾਂ ਨੂੰ ਕਿਹਾ ਗਿਆ ਹੈਗਾ ਕਿ ਉਹ ਦੱਸਣ ਕਿ ਜਿਹੜੇ ਹੈਗੇ ਪੈਸੇ ਬਿੱਲ ਵਗੈਰਾ ਸ਼ੋਅ ਕਰਨ ਤੇ ਉਹ ਵੈਰੀਫਾਈ ਕੀਤਾ ਜਾਏਗਾ ਫਰਦਰ ਇਨਵੈਸਟੀਗੇਸ਼ਨ ਸਰ ਜੀ ਆਪਾਂ ਗੱਲ ਕਰੀ ਬੇਗੋਵਾਲ ਪਲਾਥਵਾਲ ਜਿਹੜੇ ਕਿ ਅੱਜ ਦੇ ਨਿਤਰੀ ਵਾਰਦਾਤਾਂ ਹੁੰਦੀਆਂ ਤਾਂ ਆਮ ਪਬਲਿਕ ਨੂੰ ਤੁਸੀਂ ਕੀ ਮੈਸੇਜ ਕਰਿਵੇ ਕਰਨਾ ਚਾਹੋਗੇ ਕਿ ਅਵੇਨੈਂਸ ਨੇ ਹੱਦ ਇਹੀ ਹੈਗਾ ਜੀ ਕਿ ਜੇ ਇੱਕ ਤਾਂ ਹੁਣ ਜੋ ਮਾਹੌਲ ਹੈਗਾ ਇਸ ਟਾਈਮ ਕਾਫੀ ਕੰਟਰੋਲ ਦੇ ਵਿੱਚ ਆ ਗਿਆ ਹੈਗਾ ਜੋ ਪਹਿਲੇ ਬੇਗੋਵਾਲ ਦੇ ਵਿੱਚ ਸੀਗਾ ਉਹਦੇ ਨਾਲੋਂ ਤੇ ਜਿਆਦਾ ਤੋਂ ਜਿਆਦਾ ਕੈਮਰੇ ਲਵਾਏ ਜਾਣ ਬਾਕੀ ਜੋ ਪ੍ਰੀਕਾਸ਼ਨਸ ਲੈ ਸਕਦੇ ਹੈਗੇ ਜਿੰਨੀ ਕੈਸ਼ ਘੱਟ ਹੋ ਸਕਦੀ ਹੈਗੇ ਉਹ ਜਿਹੜੀ ਹੈਗੀ ਘੱਟ ਰੱਖੇ ਸਰ ਜੀ ਗੱਲ ਕਰੀਏ ਜਿਦਕਿ ਐਨਆਰਏ ਹੁੰਦੇ ਕਿ ਪੁਲਿਸ ਤੋਂ ਅਪਰੋਚ ਕਰਨ ਤੋਂ ਹੀ ਥੋੜਾ ਗੁਰੇਜ ਕਰਦੇ ਇੰਨੀ ਵੀ ਕੋਈ ਨਹੀਂ ਜੀ ਜੀ ਪੁਲਿਸ ਤੋਂ ਗੁਰੇਜ ਕਰਦੇ ਅਪਰੋਚ ਜ਼ਰੂਰ ਕੀਤਾ ਜਾਣ ਕੋਈ ਵੀ ਇਨਸੀਡੈਂਟ ਹੈ ਸਾਡ ਨੂੰ ਨੋਟਿਸ ਦੇ ਵਿੱਚ ਲਿਆਇਆ ਜਾਏ ਤਾਂ ਹੀ ਆਪਾਂ ਉਹਦੀ ਜੜ ਤੱਕ ਪਹੁੰਚ ਸਕਦੇ ਜੀ ਪਰ ਇਸ ਕੇਸ ਦੇ ਵਿੱਚ 14 ਲੱਖ ਦੀ ਲੁੱਟ ਦੀ ਇਨਫੋਰਮੇਸ਼ਨ ਆਈ ਸੀ ਕੰਪਲੇਨੈਂਟ ਵਾਲੋਂ ਲੇਕਿਨ 6-80 ਦੇ ਕਰੀਬ ਲੁੱਟ ਹੋਈ ਹੈ ਇਹ ਪਤਾ ਲੱਗਾ ਸੀਗਾ ਉਹਦੇ ਇਸ ਤਰੀਕੇ ਨਾਲ ਕੰਪਲੇਂਟੈਂਟ ਨੇ ਪੁਲਿਸ ਨੂੰ ਗਰਵਾ ਕੀਤਾ ਇਸ ਚੀਜ਼ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈਗਾ ਉਹਨਾਂ ਤੋਂ ਆਪਾਂ ਬਿੱਲ ਵਗੈਰਾ ਹੋਰ ਸਾਰੀਆਂ ਚੀਜ਼ਾਂ ਮੰਗ ਰਹੇ ਹੈਗੇ ਕਿ ਉਹਨਾਂ ਨੇ 14 ਲੱਖ ਕਿਸੇ ਹਿਸਾਬ ਨਾਲ ਲਿਖਾਈ ਸੀ ਓਕੇ ਉਹ ਬਾਅਦ ਦੇ ਵਿੱਚ ਆਪਾਂ ਦੇਖ ਲੈਂਦੇ ਇਨਵੈਸਟੀਗੇਸ਼ਨ ਹੋਸ ਘਟ ਹੁੰਦੀ ਹੈ ਤਾਂ ਕੰਪਲੇਂਟੈਂਟ ਤੇ ਕੋਈ ਕਾਰਵਾਈ ਹੋਏਗੀ ਇਹ ਬਾਅਦ ਦੇ ਵਿੱਚ ਦੇਖੀ ਜਾਏਗੀ ਜੀ